ਗਿਆ ਜੀ। ਅੱਛਾ ਜੀ, ਮੌਸਮ ਨੇ ਸਾਥ ਦਿੱਤਾ, ਫਸਲ ਬਹੁਤ ਵਧੀਆ ਝੜ ਨਿਕਲਿਆ ਝੋਨੇ ਦਾ। ਠੀਕ ਹੈ ਜੀ। ਅਤੇ ਸਰਕਾਰ ਵੱਲੋਂ ਕੋਈ ਪ੍ਰੋਬਲਮ ਜਾਂ ਕੋਈ ਸਹੂਲਤ ਨਹੀਂ? ਸਰਕਾਰ ਕਹਿੰਦੇ ਸਾਨੂੰ ਤਾਂ ਕੋਈ ਦਿੱਕਤ ਨਹੀਂ, 48 ਘੰਟੇ ਬਾਅਦ ਸਾਨੂੰ ਪੇਮੈਂਟ ਆਈ ਜਾਂਦੀ ਹੈ। ਅਤੇ ਝੋਨਾ ਵੀ ਕਿਸਾਨ ਵੀਰਾਂ ਨੂੰ ਅਪੀਲ ਆ ਵੀ ਸੁੱਕਾ ਵੱਢੋ, ਅਸੀਂ ਸੁੱਕਾ ਝੋਨਾ ਵੱਢਦੇ ਹਾਂ ਬਿਲਕੁਲ। ਅਤੇ ਇੱਕ ਵੀ ਰਾਤ ਅਸੀਂ ਮੰਡੀ ਨਹੀਂ ਕੱਟੀ, ਸਵੇਰੇ ਲਿਜਾਈਦਾ, ਸ਼ਾਮ ਨੂੰ ਭਰਾ ਗਿਆ। ਠੀਕ ਹੈ। ਅਤੇ ਸਟਬਲ ਹੋ ਜਾਏ, ਬਚ ਜਾਂਦਾ ਤਾਂ ਕੀ ਕਰਦੇ ਹੋ ਤੁਸੀਂ? ਅਸੀਂ ਜੀ ਤਕਰੀਬਨ 7 ਸਾਲ ਹੋ ਗਏ ਇਹਨੂੰ, ਇਹਦੇ ਮਿੱਟੀ ਦੇ ਵਿੱਚ ਹੀ ਮਿਲਾ ਰਹੇ ਹਾਂ। ਅੱਛਾ, ਇਹਨੂੰ ਮਲਚਿੰਗ ਕਰਕੇ, ਇਹਨੂੰ ਪਲਾਓ ਕਰਕੇ ਮਿੱਟੀ ਦੇ ਵਿੱਚ ਹੀ ਗਾਲ ਰਹੇ ਹਾਂ। ਅਤੇ ਜਿਹੜੇ ਆਲੂ ਬੀਜਣੇ, ਅਤੇ ਜਿਹੜੇ ਪਰਾਲੀ ਜਲਾਉਂਦੇ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ? ਨਹੀਂ ਉਹ ਦੇਖੋ ਜੀ, ਵਾਤਾਵਰਨ ਵੀ ਪੋਲਿਊਸ਼ਨ ਹੋ ਰਿਹਾ, ਧਰਤੀ ਦੀ ਉਪਜਾਊ ਸ਼ਕਤੀ ਵੀ ਖਤਮ ਹੋ ਰਹੀ ਹੈ। ਬਿਲਕੁਲ। ਤਕਰੀਬਨ ਸਾਨੂੰ 7 ਸਾਲ ਹੋ ਗਏ ਇਹਦੇ ਵਿੱਚ ਹੀ, ਅਸੀਂ ਇਹਨੂੰ ਮਲਚਿੰਗ ਕਰਕੇ ਵਿੱਚ ਹੀ ਦਵਾ ਰਹੇ ਹਾਂ। ਠੀਕ ਹੈ ਜੀ। ਹਾਂਜੀ, ਹੁਣ ਹਰੇਕ ਚੀਜ਼ ਦਾ ਹੱਲ ਆ ਜੀ, ਜੇ ਚੀਜ਼ ਦਾ ਹੱਲ ਨਾ ਹੋਵੇ ਫਿਰ। ਬਿਲਕੁਲ ਬਿਲਕੁਲ। ਜੇ ਤੁਸੀਂ ਉਪਰਾਲਾ ਕਰੋਗੇ ਨਾ, ਫਿਰ ਤੁਹਾਡਾ ਕੁਦਰਤ ਵੀ ਸਾਥ ਦਊਗੀ। ਬਿਲਕੁਲ ਸਹੀ ਗੱਲ ਹੈ। ਠੀਕ ਹੈ ਨਾ ਜੀ। ਬਿਲਕੁਲ ਸਹੀ ਗੱਲ ਹੈ ਜੀ।